ਅਸਲਾਮੁਆਲੇਕਮ ਕੀ ਹਾਲ ਚਾਲ ਆ ਜੀ ਕਿੱਦਾਂ ਸਭ ਵਧੀਆ ਹਰ ਤਰ੍ਹਾਂ ਖਰੀਅਤ ਹੈ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾ ਪਾਕ ਤੁਹਾਡੇ ਬੱਚਿਆਂ ਤੇ ਅੰਮੀ ਅੱਬੂ ਤੇ ਪਣਾ ਪਾਵਾਂ ਭਰਾਵਾਂ ਤੇ ਧੀਆਂ ਰਾਣੀਆਂ ਤੇ ਸਭ ਤੇ ਆਪਣੀ ਰਹਿਮਤ ਰੱਖੇ ਤੁਹਾਡੇ ਵੇੜੇ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ ਰੱਬ ਕਰੇ ਤੁਹਾਡੀ ਜ਼ਿੰਦਗੀ ਚ ਕਦੀ ਵੀ ਕੋਈ ਵੀ ਦੁੱਖ ਨਾ ਆਵੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਸਾਰੇ ਦੋਸਤਾਂ ਦਾ ਆ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾਓ ਤੇ ਆ ਇੱਕ ਮੈਂ ਨਵਾਂ ਚੈਨਲ ਬਣਾਇਆ ਇਹਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਚ ਮੌਜੂਦ ਹੈ ਉੱਥੋਂ ਜਾ ਕੇ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਆ ਮੇਰਾ ਫੇਸਬੁੱਕ ਪੇਜ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਪੇਜ ਨੂੰ ਲਾਈਕ ਕਰੋ ਇੱਥੇ ਆਪਾਂ ਗੱਲਬਾਤ ਕਰ ਸਕਦੇ ਹਾਂ ਕਿਸੇ ਕਿਸਮ ਦੀ ਵੀ ਕਾਲ ਮਲਾਉਣ ਜਾ ਰਹੇ ਹਾਂ ਜੀ ਮਲਾਓ ਜੀ ਕਾਲ ਹੈਲੋ ਹੈਲੋ ਅਸਲਾਮੁਆਲੇਕਮ ਜੀ ਵਾਲੇਕੁਮ ਅਸਲਾਮ 우ਮੇਰ ਸਾਹਿਬ ਗੱਲ ਕਰ ਰਹੇ ਹੋ ਹਾਂਜੀ ਸਰ 우ਮੇਰ ਸਾਹਿਬ 우ਮੇਰ ਸਾਹਿਬ ਤੁਸੀਂ ਕੱਲ ਮੇਰੇ ਕਲੀਨਿਕ ਤੇ ਆਏ ਸੀ ਦੰਦਾਂ ਵਾਲੇ ਤੇ ਹਾਂਜੀ ਡਾਕਟਰ ਆਰਫ ਬੋਲ ਰਹੇ ਹਾਂਜੀ ਹਾਂਜੀ ਅੱਛਾ ਅੱਛਾ ਭਾਜੀ ਮੈਂ ਕੱਲ ਘੰਟਾ ਬੈਠਾ ਰਿਹਾ ਕਿੱਥੇ ਸੀ ਤੁਸੀਂ ਮੈਂ ਉਹ ਦੰਦ ਲਾਉਣ ਗਿਆ ਸੀ ਅੱਛਾ ਉਹ ਬਸ ਉਹ ਦੰਦ ਲਾ ਕੇ ਮੈਂ ਮੈਂ ਮੁੰਡੇ ਨੂੰ ਕਿਹਾ ਸੀ ਮੈਂ ਕਹਿੰਦਾ ਬਿਠਾ ਲੈ ਕਹਿੰਦਾ ਭਾਜੀ ਬੈਠੇ ਰਹੇ ਘੰਟਾ ਫਿਰ ਚਲੇ ਗਏ ਹਾਂਜੀ ਤੇ ਉਹ ਮੈਂ ਤੇਰਾ ਦੰਦ 15 20 ਬੰਦਿਆਂ ਨੂੰ ਇਕੱਠੇ ਲਾਉਣੇ ਸੀ ਮਾਸ਼ਾਅੱਲਾ ਜੀ ਮਾਸ਼ਾਅੱੱਲਾ ਆਓ ਮੈਂ ਫੇਰ ਪਿੰਡਾਂ ਚ ਨਾ ਬੰਦੇ ਇਕੱਠੇ ਕਰ ਲੈਣਾ ਉਹਨਾਂ ਨਾਲ ਜਿਹਨੇ ਜਿਹਨੇ ਦੰਦ ਲਾਉਣੇ ਆ ਭਾਜੀ ਸਾਡਾ ਨੰਬਰ ਕਿਦੋਂ ਆਣਾ ਸੀ ਤੇ ਹਵਾ ਯਾਰ ਹੋਏ ਪਏ ਆ ਕੀ ਮਾਮਲਾ ਕੀ ਹੈ ਭਾਜੀ ਮੇਰਾ ਹੋਇਆ ਸੀਗਾ ਅੱਜ ਤੋਂ ਕੋਈ ਕੋਈ ਸਾਲ ਡੇਢ ਸਾਲ ਪਹਿਲੇ ਐਕਸੀਡੈਂਟ ਅੱਛਾ ਜੀ ਉਹ ਮੇਰੇ ਸੱਟ ਲੱਗੀ ਮੂੰਹ ਤੇ ਮੇਰਾ ਜਬਾੜਾ ਬਾਹਰ ਆ ਗਿਆ ਸਾਰਾ ਹੀ ਅੱਛਾ ਦੰਦ ਮੂੰਹ ਚ ਕੋਈ ਨਹੀਂ ਰਹਿ ਗਿਆ ਹਾਂ ਮੈਂ ਤੁਹਾਨੂੰ ਕੀ ਦੱਸਾਂ ਜੂਸ ਪੀ ਪੀ ਕੇ ਮਗਜ਼ਾਰੇ ਕਰ ਰਿਹਾ ਹਾਂ ਹਾਂ ਓਕੇ ਉਸ ਤੋਂ ਇਲਾਵਾ ਮੈਂ ਚਾਹ ਨਾਲ ਨਰਮ ਕੇਕ ਖਾ ਰਿਹਾ ਹਾਂ ਫਿਕਰ ਨਾ ਕਰੋ ਫਿਕਰ ਨਾ ਕਰੋ ਤੁਸੀਂ ਇਹ ਦੱਸੋ ਦੰਦ ਲਾਉਣੇ ਕਿਹੜੇ ਆ ਦੰਦ ਮਸਲਾਂ ਕੋਈ ਕੰਪਨੀਆਂ ਦੇ ਦੰਦ ਢੱਡ ਕੋ ਡਾਕਟਰ ਸਾਹਿਬ ਨਹੀਂ ਨਹੀਂ ਕੰਪਨੀਆਂ ਦੇ ਨਹੀਂ ਹਾਂਜੀ ਦੇਖੋ ਬੰਦਿਆਂ ਦੇ ਦੰਦ ਹੈਗੇ ਅੱਜ ਕੱਲ ਮਹਿੰਗੇ ਅੱਛਾ ਬੰਦਿਆਂ ਦੇ ਦੰਦ ਮਹਿੰਗੇ ਆ 70 80 ਹਜ਼ਾਰ ਰੁਪਏ ਦਾ ਦੰਦ ਆ ਇੱਕ ਆ ਰਿਹਾ ਮੇਰੀ ਭਾਜੀ ਕਮੇਟੀ ਨਿਕਲੀ ਸੀਗੀ ਹਾਂ ਤੇ ਮੇਰੇ ਕੋਈ 15000 ਰੁਪਿਆ ਹੋਇਆ ਹਾਂ ਤੇ ਘਰ ਦੀ ਮੈਨੂੰ ਬੜਾ ਕਹਿੰਦੀ ਸ਼ਾਪਿੰਗ ਕਰਾ ਮੈਨੂੰ ਇਹ ਉਹ ਮੈਂ ਕਹਾ ਨਾ ਪਹਿਲੇ ਦੰਦ ਲਵਾਣੇ ਆ ਫੇਰ ਸਾਰੇ ਕੰਮ ਅੱਛਾ ਇਦਾਂ ਕਿ ਮੈਂ ਛੱਡਿਆ ਆਪਣੇ ਬੰਦੇ ਅੱਛਾ ਜ਼ਿਲ੍ਹੇ ਸਾਡੇ ਇਲਾਕੇ ਚ ਮੇਰੇ ਕੋਲ ਤਿੰਨ ਬੰਦੇ ਕੰਮ ਕਰਦੇ ਆ ਠੀਕ ਆ ਮੈਂ 12 ਉਹ ਵੀ ਦੰਦ ਮੰਗਾਉਣਾ ਬਾਹਰਲੇ ਮੁਲਕਾਂ ਚੋਂ ਅੱਛਾ ਬਾਹਰ ਦੇ ਮੁਲਕਾਂ ਚੋਂ ਦੰਦ ਮੰਗਾਉਂਦੇ ਹੋ ਮਾਸ਼ਾਅੱਲਾ ਇੰਨਾ ਕੰਮ ਠੱਡਾ ਹਾਂਜੀ ਪਾਕਿਸਤਾਨ ਦੇ ਲੋਕਲ ਦੰਦ ਵੀ ਹੈਗੇ ਆਪਣੇ ਕੋਲ ਦੇ ਲੋ ਜਿਹੜੇ ਤੁਹਾਨੂੰ ਸਮਝ ਚੋਂਦੇ ਲਾ ਦਿਓ ਕੋਈ ਮੇਰਾ مشورہ ਇਹ ਆ ਕਿ ਤੁਸੀਂ ਨਾ 3000 ਰੁਪਏ ਚ ਨਾ ہاں جی 32 ਦੇ 32 ਦੰਦ ਤੁਹਾਡੇ ਲੱਗ ਜਾਣੇ ਆ ਤੇ 3000 ਚ 32 ਦੰਦ ਲੱਗ ਜਾਣਗੇ ਮੇਰੇ ہاں جی ਬੰਤ ਤੇ ਲੱਗਣੇ ਖੋਤੇ ਦੇ ਆ ਸਾਦੇ ਦੰਦ ਲੱਗਣੇ ਆ ਖੋਤੇ ਦੇ ਖੋਤੇ ਦੇ ਉਹ ਭਾਈ ਮੈਂ ਬੰਦਾ ਵਾਂ ਮੈਂ ਖੋਤੇ ਦੇ ਦੰਦ ਕਾਦੇ ਵਾਸਤੇ ਲਵਾਣੇ ਨਹੀਂ ਉਹ ਪਤਾ ਨਹੀਂ ਲੱਗਣਾ ਮੈਂ ਉਹ ਆਰੀ ਨਾਲ ਨਾ ਰੇਤੀ ਚੋਸੇ ਨਾਲ ਹਾਂ ਉਹਨੂੰ ਤਰਾਸ਼ ਖਰਾਸ਼ ਕਰਕੇ ਹਾਂ ਤੇ ਤੇਰੇ ਵਰਗੇ ਦੰਦ ਤੇਰੇ ਸੈਸ ਦੇ ਬਣਾ ਦੇਨੇ ਆ ਨਹੀਂ ਭਾਜੀ ਮੈਂ ਕੋਈ ਕੀ ਹੋ ਗਿਆ ਤੁਹਾਨੂੰ ਤੁਸੀਂ ਕੋਈ ਹੋਰ ਲਾਓ ਮੇਰੇ ਚੱਚ ਦੇ ਦੰਦ ਲਾਓ ਖੋਤੇ ਦੇ ਦੰਦ ਮੈਂ ਲਵਾਉਂਦਾ ਚੰਗਾ ਲੱਗਦਾ ਨਹੀਂ ਕੁਛ ਵੀ ਨਹੀਂ ਹੁੰਦਾ ਉਹਦੇ ਨਾਲ ਕੀ ਹੋਣਾ ਨਹੀਂ ਨਹੀਂ ਭਾਜੀ ਨਹੀਂ ਤੁਸੀਂ ਮੇਰੇ ਕੋ ਪੈਸੇ ਭਾਵਾਂ ਵੱਧ ਲੈ ਲਓ ਤੇ ਮੇਰੇ ਕੋ ਆ ਖੋਤੇ-ਕੂਤੇ ਵਾਲੇ ਨਾਲ ਮੈਨੂੰ مشਵਰੇ ਦਿਵੋ ਮੈਨੂੰ ਸਹੀ ਦੰਦ ਲਵਾਓ ਨਹੀਂ ਖੋਤੇ ਵਾਲੇ ਦੰਦ ਲਾਉਣ ਨਾਲ ਕੀ ਹੋ ਜਾਣਾ ਉਹ ਯਾਰ ਖੋਤੇ ਦੇ ਦੰਦ ਬਾਅਦ ਜੋ ਮੈਨੂੰ ਮੂੰਹ ਦੇ ਉੱਤੇ ਮੇਰੇ ਛਿਗੂ ਚੜਾਇਆ ਹੋਵੇ ਘਰ ਵਾਲਿਆਂ ਨੇ ਵੀ ਕਿਤੇ ਵੱਡ ਨਾ ਲਵੇ अच्छे दांद ਨੇ ਮਜ਼ਬੂਤ दांद ਨੇ ਖੋਤੇ ਦੇ ਭਾਈ ਮੈਂ ਨਹੀਂ ਲਵਾਉਣੇ ਖੋਤੇ ਜਵਾਨ ਖੋਤੇ ਦੇ दांद ਨੇ ਜਵਾਨ ਕੋਤਾ ਦੇ ਥਾਲ ਖੋਤੇ ਦੇ ਕੀ ਗੱਲ 18 ਸਾਲ ਦਾ ਖੋਤਾ ਵੀ ਸ਼ਲਾਖਤੀ ਘੜ ਬੜਿਆ ਖੋਤੇ ਦਾ ਜਵਾਨ ਖੋਤੇ ਦੇ दांद ਕਿਦਾਂ ਦੀਆਂ ਗੱਲਾਂ ਕਰਦਾ ਤੂੰ ਮੈਨੂੰ ਇਨਸਾਨੀ दांद ਲਾ ਕੋਈ ਚੱਜ ਦੇ दांद ਲਾ ਮੇਰੇ ਕੋ ਪੈਸੇ ਭਾਵੇਂ ਵੱਧ ਲੈ ਲੈ ਅੱਛਾ ਤੇ ਇੱਕ दांद ਹੈਗੇ ਮੇਰੇ ਕੋ 3500 ਰੁਪਏ ਦੇ 3500 ਰੁਪਏ ਵਾਲੇ ਠੀਕ ਆ ਹਾਂਜੀ ਇਹ ਹੈਗੇ ਜ਼ਰਾਫੇ ਦੇ दांद ਜ਼ਰਾਫੇ ਦੇ ਭਾਈ ਮੈਂ ਦਰਖਤ ਨਹੀਂ ਖਾਣੇ ਉਹ ਮੈਨੂੰ ਕੋਈ ਇਨਸਾਨੀ ਦੰਦ ਲਾਗ ਕੀ ਹੋ ਗਿਆ ਤੈਨੂੰ ਇਹ ਜ਼ਰਾਫੇ ਦੰਦ ਅੱਛੇ ਨੇ ਮੈਨੂੰ ਨਹੀਂ ਚਾਹੀਦੇ ਜ਼ਰਾਫੇ ਦੰਦ ਮੈਨੂੰ ਇਨਸਾਨੀ ਦੰਦ ਲਾ ਭਾਈ ਜਿਹੜੇ ਮੈਂ ਸਕੂਨ ਨਾਲ ਰੋਟੀ ਖਾਵਾ ਹੈ ਗੰਨੇ ਚੂਪਾਂ ਮੇਰਾ ਵੀ ਦਿਲ ਕਰਦਾ ਯਾਰ ਤੂੰ ਕਿੱਦਾਂ ਦੇ ਮੈਨੂੰ ਕਹੀ ਜਾਂਦਾ ਮਸ਼ਵਰੇ ਦੇਈ ਜਾਂਦਾ ਮੇਰੇ ਸਹੀ ਦੰਦ ਲਾ ਅੱਛਾ ਇਨਸਾਨੀ ਦੰਦ ਹੈਗੇ ਨੇ ਮੇਰੇ ਕੋ ਹਾਂ ਹੁਣ ਆਈ ਨਾ ਗੱਲ ਇਨਸਾਨੀ ਦੰਦ ਹਾਂ ਇਹ ਕਿੰਨੇ ਦੇ ਇਹ 7000 ਰੁਪਏ ਦੇ ਨੇ ਇੰਪੋਰਟਡ ਨੇ ਕੋਈ ਨਹੀਂ ਮੈਂ 7000 ਭਰ ਲੂੰਗਾ ਇਹ ਨਾ ਅਫਰੀਕਾ ਚ ਜਿਹੜੇ ਜੰਗਲੀ ਹੁੰਦੇ ਐ ਆਹੋ ਜਿਹੜੇ ਨੇ ਪੱਤੇ ਪੁੱਤੇ ਨਹੀਂ ਮੰਨੇ ਹੁੰਦੇ ਹਾਂਜੀ ਇਹ ਜਿਹੜੇ ਉਧਰ ਮਰਦੇ ਐ ਨਾ ਹਾਂ ਤੇ ਫਿਰ ਉਹਨਾਂ ਦੇ ਮਰਿਆਂ ਦੇ ਦੰਦ ਮੈਂ ਮੰਗਵਾਂ ਨਾ ਇਹ ਬੰਦਿਆਂ ਨੇ ਦੰਦ ਵੀ ਹੈਗੇ 7000 ਰੁਪਏ ਚ ਉਹ ਤੋਂ ਮੇਨੂੰ ਜਗਲੀ ਦੇ ਦੰਦ ਲਾਉਣੇ ਆ ਹਾਂਜੀ ਉਹ ਤੋਂ ਮਰੇ ਬੰਦੇ ਦੇ ਹਾਂਜੀ ਹਾਂਜੀ ਵਾਹ ਵਾਹ ਤੇਰੇ ਅੱਧਾ ਮੈਂ ਜਾਨਵਰ ਬਣ ਜਾਵਾਂ ਅੱਧਾ ਇਨਸਾਨ ਰਵਾਂ ਮੇਰਾ ਦਿਲ ਕਰੇ ਮੈਂ ਆਲੂ ਬਾਂਦਰ ਪਕਾ ਕੇ ਖਾਵਾਂ ਹਾਂ ਤੂੰ ਇਹ ਜਨਮ ਮੈਂ ਨਾਸ਼ਤੇ ਚ ਸਵੇਰ ਸੱਪ ਲੱਭਦਾ ਫਿਰਾਂ ਕਿਉਂਕਿ ਮੈਂ ਜੰਗਲੀ ਜਿਹਾ ਹੋ ਜਾਣਾ ਜੰਗਲੀ ਦੇ ਦੰਦ ਲਵਾ ਕੇ ਜੰਗਲੀ ਦੇ ਦੰਦ ਲਾਉਣੇ ਆ ਇਹ ਬਹੁਤ ਅੱਛੇ ਦੰਦ ਹਨ ਮੈਨੂੰ ਨਹੀਂ ਚਾਹੀਦੇ ਇੰਪੋਰਟਡ ਨੇ ਔਰ ਜਾ ਭਾਈ ਮੈਂ ਨਹੀਂ ਲਵਾਉਂਦਾ ਜੰਗਲੀ ਦੇ ਦੰਦ ਬਾਅਦ ਮੈਂ ਦਰਖਤਾਂ ਤੇ ਚੜਦਾ ਫੜਾ ਮੇਰੇ ਘਰ ਦੇ ਮੈਨੂੰ ਕਹਣ ਹੋ ਇੱਧਰ ਆਏ ਸਮਾਨ ਲੈ ਕੇ ਆਗੋ ਮੈਂ ਕਹਾਂ ਜੀ ਗਲਾ ਲਾਉ ਜੀ ਗਲਾ ਲਾਉ ਔਰ ਜਾ ਭਾਈ ਦਿਮਾਗ ਠੀਕ ਹੈ ਤੇਰਾ ਸਵੇਰੇ ਤੁਸੀਂ ਆ ਜਾਓ ਆ ਗਏ ਤੇ ਲੰਮੇ ਆ ਪਾ ਕੇ ਤੁਹਾਨੂੰ ਹਾਂ ਮੁੰਡਾ ਪਹਿਲੇ ਛੈਣੀ ਥੋੜੇ ਨਾਲ ਤੁਹਾਡੇ ਪਹਿਲੇ ਅਗਲੇ ਜਿਹੜੇ ਬੱਚੇ ਪੁੱਛੇ ਆ 1 2 ਐ ਹੀ ਕੋਈ ਨਹੀਂ ਨਹੀਂ ਜੜਾ ਵੀ ਤਾਂ ਉਹਦੀ ਕੱਢਣੀ ਆ ਨਾ ਅਸੀਂ ਕਦ ਨਾ ਕੱਢਣੀ ਆ ਛੈੜੀ ਥੋੜੇ ਨਾਲ ਮੈਂ ਤੈਨੂੰ ਪਿੱਤਲ ਦਾ ਲੱਗਦਾ ਬੀ ਦੱਸ ਮੈਂ ਲੋਹੇ ਦਾ ਛੈਣੀ ਥੋੜੇ ਨਾਲ ਦੱਸ ਤੂੰ ਤੋਇਆ ਮਾਰਨਾ ਵਿੱਚ ਨਹੀਂ ਨਹੀਂ ਅਸੀਂ ਸਾਡਾ ਤਰੀਕਾ ਕੁਦਰਾਂ مختلف ਆ ਜਵਾੜੇ ਛੈੜੀ ਥੋੜੇ ਨਾਲ ਕੱਢ ਕੇ ਅਸੀਂ ਬਾਹਰ ਰੱਖ ਲੈਣੇ ਆ ਭਾਈ ਮੇਰਾ ਮੂੰਹ ਕਿਹੜਾ ਪੱਥਰ ਦਾ ਵਾ ਤੁਹਾਨੂੰ ਅਸੀਂ ਪੈਈ ਦੇਣਾ ਕਰਨਾ ਚਲੇ ਗਏ ਤੁਸੀਂ ਉਦਾਂ ਹੀ ਆਲਾ ਜਿਆ ਲੈ ਕੇ ਫਿਰਦੇ ਰਹਿਣਾ ਠੀਕ ਆ ਤਿੰਨ ਦਿਨ ਬਾਅਦ ਤੁਸੀਂ ਆ ਕੇ ਆਪਣੇ ਅਸੀਂ ਉਹ ਚ ਜਬਾੜੇ ਦੇ ਵਿੱਚ ਦੰਦ ਫਿੱਟ ਕਰ ਦੇਣੇ ਜੰਗਲੀਆਂ ਦੇ ਠੀਕ ਹੋ ਗਿਆ ਤੇ ਜਦੋਂ ਤੁਸੀਂ ਆਓਗੇ ਆਗੇ ਤੇ ਤੁਹਾਡੇ ਉੱਤੇ ਬਸ ਜਬਾੜਾ ਮੂੰਹ ਦੇ ਉੱਤੇ ਰੱਖ ਕੇ ਉੱਤੇ ਅਸੀਂ ਤੁਹਾਡੇ ਨਾਲ ਸੱਟ ਮਾਰਨੀ ਹੈ ਜਬਾੜਾ ਵਿੱਚ ਫਿੱਟ ਹੋ ਜਾਣਾ ਅੱਛਾ ਕੱਲ ਫੇ ਸਟੀਲ ਦੇ ਲਈ ਥੋੜੇ ਨਾਲ ਇੱਦਾਂ ਦੀਆਂ ਯਾਰ ਤੂੰ ਦਮਾਗ ਠੀਕ ਆ ਤੇਰਾ ਬਹੁਤ ਮਜ਼ਬੂਤ ਦੰਦ ਨੇ ਮੈਨੂੰ ਨਹੀਂ ਇਹੋ ਜਿਹਾ ਮਜ਼ਬੂਤ ਚਾਹੀਦੇ ਦੰਦ ਮੈਂ ਕਿਹੜਾ ਫੱਟੇ ਖਾਣਾ ਐਡੇ ਮਜ਼ਬੂਤ ਦੰਦ ਵੀ ਮੈਂ ਸਲੇਟਾ ਖਾਣੀ ਆਵਾ ਵੀ ਫਰਸ਼ ਖਾਣਾ ਆ ਮੈਂ ਐਡੇ ਪੱਕੇ ਵੀ ਨਹੀਂ ਚਾਹੀਦੇ ਕੋਈ ਘਟਾ ਥੋੜੇ ਇਹ ਕਿਸੇ ਹੋਰ ਚੀਜ਼ ਤੇ ਲਾ ਦੇ ਨਹੀਂ ਨਹੀਂ ਇਹ ਜੰਗਲੀਆਂ ਦੇ ਅੱਛੇ ਦੰਦ ਨੇ ਉਹ ਭਾਈ ਮੈਂ ਨਹੀਂ ਲਵਾਣਾ ਜੰਗਲੀ ਦੇ ਦੰਦ ਇਹ ਇਹ ਆ ਕਿ 6000 ਦੇ ਦੇਣਾ ਤੁਸੀਂ 7000 ਨਾ ਦੇਣਾ ਨਹੀਂ ਮੈਂ 6 ਨਹੀਂ ਨਾ 7 ਨਹੀਂ ਉਹ ਮੇਰੇ ਕੋਲ 100000 ਰੁਪਇਆ ਲੈ ਲੈ ਮੈਨੂੰ ਕਿਸੇ ਹੋਰ ਚੀਜ਼ ਦੇ ਲਾ ਦੇ ਨਹੀਂ ਨਹੀਂ 6000 ਮੈਂ ਤਾਂ ਮੰਗਣਿਆ ਨਾ ਵਿੱਚ ਦੋ ਦੰਦਾਂ ਨੂੰ ਕੀੜਾ ਲੱਗਾ ਹੈ ਤੇ ਤੂੰ ਦੰਦਾਂ ਨੂੰ ਸਪਰੇਅ ਕਰਕੇ ਦੇ ਮੈਨੂੰ ਕੀੜੇ ਮਾਰ ਸਪਰੇਅ ਦੇ ਕੜਾ ਦੇ ਐਸੀ ਗੱਲ ਕਰਦਾ ਕਹਿੰਦੇ ਬਹੁਤ ਅੱਛਾ ਇਹ ਸਿਗਾ ਜੰਗਲੀ ਜਿਹੇ ਦੰਦ ਨੇ ਨਾ ਹਾਂ ਬਹੁਤ ਤਗੜਾ ਆਦਮੀ ਸਿਗਾ ਕਿਹੜਾ ਡਾਕਟਰ ਆ ਤੈਨੂੰ ਡਾਕਟਰ ਕਿਨੇ ਬਣਾਇਆ ਉਹ ਭਾਈ ਤੂੰ ਡੰਗਰ ਡਾਕਟਰ ਦਾ ਨਹੀਂ ਕਿੱਦਾਂ ਦੇ مشورے ਦੇਈਂ ਜਾਂ ਨਹੀਂ ਯਾਰ ਤੇ ਸਵੇਰੇ ਆ ਜਾ ਉਹ ਸਵੇਰੇ ਤਾਂ ਮੈਂ ਆਇਆ ਮੈਂ ਹੁਣ ਇੱਕ ਆਰੀਬਲੇਟ ਫੜੀ ਲੈਣਾ ਇੱਥੋਂ 15-20 ਰੁਪਏ ਦਾ ਆਰੀਬਲੇਟ ਕਾਦੇ ਵਾਸਤੇ ਉਬਰਾਚਾਂ ਦੇ ਕੋਲੋਂ ਲਾਉਣੇ ਹੁੰਦਾ ਨਾ ਸਾਰਾ ਕੁਝ ਤੇ ਵਰਾਛਾ ਮੇਰੀਆਂ ਕਾਧੀਆਂ ਵਾ ਕਿਦਾਂ ਦੀ ਯਾਰ ਤੂੰ ਮੈਨੂੰ ਸਮਝ ਨਹੀਂ ਲੱਗਣ ਦੇ ਤੇਰੀ ਅਜੀਬ ਗੱਲਾਂ ਕਰੀ ਜਾਂਦੇ ਆ ਅੱਛਾ ਤੇ ਇੱਕ ਮੇਰੇ ਕੋਲ ਹੈਗੇ ਨੇ ਦੰਦ ਫਿਰ ਅਗਰ ਤੁਸੀਂ ਨਹੀਂ ਨਾ ਇੰਨੇ ਪੈਸੇ ਭਰਨੇ ਹਾਂ ਇੱਕ ਦੰਦ ਹੈਗੇ ਮੇਰੇ ਕੋਲ ਬੱਕਰੇ ਦੇ ਨੇ ਦੇਸੀ ਬੱਕਰੇ ਦੇ ਉਹ ਬੱਕਰਾੜੀ ਹੁੰਦਾ ਉਹ 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 ਉਹਦੇ ਤੇਰ ਕੋ ਕਿਸੇ ਜੀਉਂਦੇ ਇਨਸਾਨ ਦੇ ਦੰਦ ਹੈ ਨਹੀਂ ਹੁਣ ਤੂੰ ਮੇਰੇ ਬੱਕਰੇ ਦੇ ਦੰਦ ਲਾਏਗਾ ਹਾਂਜੀ ਕੱਲ੍ਹ ਕਲਾ ਨੂੰ ਰਿਸ਼ਤੇ ਵਾਲੇ ਮੇਰੇ ਘਰ ਆਣ ਮੇਰੇ ਮਾਂ ਪਿਓ ਨੂੰ ਇਹ ਪੁੱਛਣ ਵੀ ਟਾਡਾ ਮੁੰਡਾ ਦੋਂਦਾ ਕੇ ਚੋਗਾ ਬੱਕਰੇ ਦੇ ਦੰਦ ਲੈਣੇ ਆ। ਸਵੇਰ ਸੁਵੇਰ ਮੈਂ ਸੈਰ ਤੇ ਜਾਣਾ। ਮੇਰਾ ਉੱਥੇ ਜਾ ਕੇ ਤੇ ਘਾਹ ਖਾਣ ਨੂੰ ਦਿਲ ਕਰ ਜਾਵੇ ਫੇਰ। ਲਿਖ ਕਿਸੇ ਦੇ ਘਰ ਜਾਵਾ ਅਗਲੇ ਮੇਰੇ ਸਾਹਮਣੇ ਫਰੂਟ ਰੱਖਣ ਮੈਂ ਛਿਲੜਾ ਸਮੇਤ ਕੇਲੇ ਖਾ ਜਾ। ਖੱਪਰ ਸਮੇਤ ਦਵਾੜਾ ਖਾ ਜਾ। ਛਿਲੜਾ ਸਮੇਤ ਮਾਲਟੇ ਖਾਈ ਜਾਵਾ। ਚੰਗਾ ਤੂੰ ਬੰਦਾ। ਆ ਬੱਕਰੇ ਤੇ ਤੁਹਾਨੂੰ ਸਹੀ ਰਹਿਣੇ ਆ। ਉਹ ਨਹੀਂ ਲਵਾੜਾ ਬੱਕਰੇ ਦੇ। ਆਜੋ ਆਜੋ ਸਵੇਰੇ ਉਹ ਮੈਂ ਨਹੀਂ ਆਣਾ ਆਰੀ ਬਲੇਡ ਫੜੀ ਲੈਣਾ ਇੱਕ ਮੈਂ ਕਹਿੰਦਾ ਮੈਂ ਬਾਕਰ ਖਾਡੀਆਂ ਖਾ ਕੇ ਚਾਹੋ ਨਾਲ ਗੁਜ਼ਾਰਾ ਕਰ ਲੂੰ ਬਸ ਉਹ ਦੁਕਾਨ ਤੇ ਆਣਾ ਬਸ ਆਉਂਦੇ ਹੀ ਕਹਿਣਾ ਮੈਨੂੰ ਲੰਮਾ ਪਾਓ ਜੀ ਹਾਂ ਲੰਮਾ ਪਾਓ ਜੀ ਮੈਨੂੰ ਮੇਰੇ ਦੰਦ ਫਿੱਟ ਹੋਣ ਲੱਗੇ ਆ ਲਾਣ ਦਾ ਤੇਰੀ ਡਾਕਟਰੀ ਤੇ ਲਾਣ ਦਾ ਉਸ ਬੰਦੇ ਤੇ ਜਿਹਨੇ ਤੈਨੂੰ ਡਾਕਟਰ ਬਣਾਇਆ ਹਾਂ ਬੱਕਰੇ ਦੇ ਸਹੀ ਰਹਿਣੇ ਆ ਬੱਕਰੇ ਦੇ ਸਹੀ ਰਹਿਣੇ ਬਾਅਦ ਚ ਮੈਂ ਢੁੱਡਾ ਵਾਰਨ ਨੂੰ ਦਿਲ ਕਰਨ ਲੱਗ ਗਿਆ ਫੇਰ ਆਜੋ ਆਜੋ ਘਰ ਵਾਲੇ ਮੇਰੇ ਵਾਸਤੇ ਸੋਹਣਾ ਘੁੰਗਰੂ ਵਾਲਾ ਹਾਰ ਤੇ ਇੱਕ ਸਗਲੀ ਲੈ ਕੇ ਆਉਣ ਅੱਗੋਂ ਬੱਕਰਾ ਈਦ ਵੀ ਆਉਂਦੀ ਆ ਚਲੋ ਠੀਕ ਹੈ ਮੈਂ ਹੁਣ ਫੋਨ ਬੰਦ ਕਰਨ ਲੱਗਾ ਤਾਂ ਸਵੇਰ ਟਾਈਮ ਨਾਲ ਕਲੀਨਿਕ ਤੇ ਹਾਂਜੀ ਓਏ ਮੈਂ ਟਾਈਮ ਨਾਲ ਆ ਕੇ ਤੈਨੂੰ ਮੈਂ ਕਤਲ ਨਾ ਕਰ ਦਵਾ ਡੈਮ ਨਾਲ ਆ ਜੀਓ 10 ਵਜੇ ਆ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਰਸ਼ ਤੋਂ ਬਚਣ ਵਾਸਤੇ ਠੀਕ 10 ਵਜੇ ਰਸ਼ ਬਹੁਤ ਜ਼ਿਆਦਾ ਹੁੰਦਾ ਤੇ ਮੈਂ ਬੰਮਰ ਰੱਖਣਾ ਹੁੰਦਾ ਆਜੋ ਆਜੋ ਮੈਂ ਜ਼ਰਾ ਮਰੀਜ਼ ਦੇਖ ਰਿਹਾ ਅੱਛਾ ਤੇ ਟਾਈਮ ਇੰਨਾ ਨਹੀਂ ਹੈਗਾ ਲੇਕਿਨ ਤੁਸੀਂ ਆਜੋ 10 ਵਜੇ ਮਰੀਜ਼ ਜੀ ਹੁੰਦਾ ਹੀ ਆ ਕਾਲਾ ਮਰੀਜ਼ ਦਾ ਆਜੋ 10 ਵਜੇ ਇਹ ਛੇੜੀ ਥੋੜੀ ਨਾ ਬੱਕਰੇ ਦੇ ਖੋਤੇ ਦੇ ਜੰਗਲੀ ਦੇ ਐਸਾ ਤੂੰ ਬੰਦਾ ਤੇਰੇ ਅੰਦਰ ਜਿਹੜਾ ਦਿਮਾਗ ਆ ਹਾਂਜੀ ਉਹ ਇਨਸਾਨੀ ਆ ਹਾਂਜੀ ਉਹ ਵੀ ਕਿਸੇ ਬਾਂਦਰ ਦਾ ਆਜੋ ਮਾਰ ਦੇਣੀ ਕੋਈ ਜੀ ਮੈਂ ਆਪਣਾ ਸਿਰ ਜਾਰ ਲੈਣੀ ਆ